ਰਾਤ ਵੀ ਅਸੀਂ 12 ਵਜੇ ਟਾਈਮ ਆ, ਅਸੀਂ ਆਪਣੀ ਸਾਈਡ ਲੈ ਗਈ ਆਉਂਦੇ ਹਾਂ ਗੱਡੀ ਮਸ਼ੀਨ, ਪਿੱਛੋਂ ਟਰੱਕ ਵਾਲਾ ਆਇਆ ਅਤੇ ਪਿੱਛੋਂ ਸਾਈਡ ਮਾਰ ਕੇ ਅਤੇ ਸਾਡੀ ਮਸ਼ੀਨ ਪਲਟਾ ਦਿੱਤੀ। ਅਸੀਂ ਭਾਜੀ ਹਰੀ ਗਿਆਨ ਤੋਂ ਆਉਂਦਾ ਸੀ, ਪਿੱਛੋਂ ਆਣ ਕੇ ਗੱਡੀ ਵੱਜੀ। ਹਾਂਜੀ, ਇੱਕ ਬੰਦਾ ਸਾਡਾ ਜ਼ਖਮੀ ਹੋਇਆ, ਦੋ ਅਸੀਂ ਬਚ ਗਏ ਹਾਂ। ਮੈਂ ਚਾਹੁੰਦਾ ਹਾਂ ਨਾਲ ਜਿਹੜਾ ਮੁੰਡਾ ਉਹਦੇ ਸਿੱਖ ਸੱਟ ਲੱਗੀ, ਮੈਂ ਬਿਲਕੁਲ ਸਹੀ ਹਾਂ। ਕਵਾੜੀ ਹੋ ਗਈ ਮਸ਼ੀਨ ਕੇ, ਲਿਆ ਹੀ ਕੱਖ ਨਹੀਂ। ਝੋਨਾ ਵੱਢ ਕੇ ਉਸ ਵਾਪਸੀ ਬੰਦ ਕਰਕੇ ਅਤੇ ਵਾਪਸ ਆਉਂਦੇ ਹਾਂ। ਹਾਲੇ ਮਸ਼ੀਨ ਤੋਂ ਫਿਰ ਰੋਟੀ ਖਾਂਦੇ ਹਾਂ। ਤੁਹਾਨੂੰ ਸਾਹਮਣੇ ਆ ਇਸ ਕਵਾੜ 'ਚ ਹੋ ਗਈ ਮਸ਼ੀਨ, ਸਾਡਾ ਇੱਕ ਹੋਇਆ ਵਾ, ਉਹਦੇ ਸੱਟ ਬਹੁਤ ਜ਼ਿਆਦਾ ਲੱਗੀ ਆ। ਕਿੱਥੇ ਹਾਲੇ ਉਹਦਾ ਪਤਾ ਹੀ ਕੋਈ ਨਹੀਂ। ਹਾਲੇ ਕੀ ਨਾਮ ਵੀਰੇ ਤੇਰਾ? ਗੁਰਲਾਲ ਸਿੰਘ ਜੀ। ਕੀ ਹੋਇਆ, ਜਿਹੜਾ ਐਕਸੀਡੈਂਟ ਹੋਇਆ ਕਿਵੇਂ ਹੋਇਆ? ਰਾਤ ਵੀ ਅਸੀਂ 12 ਵਜੇ ਟਾਈਮ ਆ, ਅਸੀਂ ਆਪਣੀ ਸਾਈਡ ਲੈ ਗਈ ਆਉਂਦੇ ਹਾਂ ਗੱਡੀ ਮਸ਼ੀਨ, ਪਿੱਛੋਂ ਟਰੱਕ ਵਾਲਾ ਆਇਆ ਅਤੇ ਪਿੱਛੋਂ ਸਾਈਡ ਮਾਰ ਕੇ ਅਤੇ ਸਾਡੀ ਮਸ਼ੀਨ ਪਲਟਾ ਦਿੱਤੀ। ਅਤੇ ਕੋਈ ਜ਼ਖਮੀ ਹੋਇਆ? ਹਾਂਜੀ, ਇੱਕ ਬੰਦਾ ਸਾਡਾ ਜ਼ਖਮੀ ਹੋਇਆ, ਦੋ ਅਸੀਂ ਬਚ ਗਏ ਹਾਂ। ਮੈਂ ਚਾਹੁੰਦਾ ਹਾਂ ਨਾਲ ਜਿਹੜਾ ਮੁੰਡਾ ਉਹਦੇ ਸਿੱਖ ਸੱਟ ਲੱਗੀ, ਮੈਂ ਬਿਲਕੁਲ ਸਹੀ ਹਾਂ। ਜਿਹੜਾ ਜ਼ਖਮੀ ਹੋਇਆ ਕੀ ਨਾਂ ਹੁੰਦਾ? ਅਮਰ ਸਿੰਘ ਨਾਂ ਜੀ। ਅੱਛਾ, ਸਾਨੂੰ ਸੱਜਣ ਸਿੰਘ। ਕਿੱਥੋਂ ਆਉਂਦੇ ਪਏ ਸੀ? ਅਸੀਂ ਮੋਗੇ ਤੋਂ ਫਤਿਹਪੁਰ ਜਾਂਦੇ ਹਾਂ। ਰੋਟੀ ਖਾਂਦੇ ਆ, ਤੁਹਾਨੂੰ ਸਾਹਮਣੇ ਕਬਾੜ ਚ ਹੋ ਗਈ ਮਸ਼ੀਨ, 8-10 ਲੱਖ ਦੀ ਮਸ਼ੀਨ ਆ। ਪੁਲਿਸ ਨੂੰ ਦਰਖਾਸਤ ਦਿੱਤੀ ਕੋਈ? ਹਾਂਜੀ, ਰਾਹ ਦੇ ਕੇ ਆਈ ਪੁਲਿਸ, ਤਦ ਮੌਕੇ ਤੇ ਆਈ ਪੁਲਿਸ। ਅੱਛਾ, ਕੀ ਨਾਮ ਵੀਰੇ ਤੇਰਾ? ਸਾਜਨ ਸਿੰਘ ਆ ਜੀ। ਕਿਹੜਾ ਪਿੰਡ? ਨਵਾਂ ਪਿੰਡ ਫਤਿਹਪੁਰ। ਕਿੱਥੋਂ ਆਉਂਦੇ ਪਏ ਜਿਹੜਾ ਐਕਸੀਡੈਂਟ ਹੋਇਆ? ਅਸੀਂ ਭਾਜੀ ਹਰੀ ਗਿਆਨ ਤੋਂ ਆਉਂਦਾ ਸੀ, ਪਿੱਛੋਂ ਆਣ ਕੇ ਗੱਡੀ ਵੱਜੀ। ਅੱਛਾ, ਹਾਂਜੀ। ਅਤੇ ਭੱਜ ਗਿਆ ਡਰਾਈਵਰ ਕਿ ਫੜਿਆ ਗਿਆ? ਡਰਾਈਵਰ ਭੱਜ ਗਿਆ। ਜ਼ਖਮੀ ਹੋਇਆ ਕੋਈ? ਸਾਡਾ ਇੱਕ ਹੋਇਆ ਵਾ, ਉਹਦੇ ਸੱਟ ਬਹੁਤ ਜ਼ਿਆਦਾ ਲੱਗੀ ਆ। ਕਿੱਥੇ? ਹਾਲੇ ਉਹਦਾ ਪਤਾ ਹੀ ਕੋਈ ਨਹੀਂ। ਹਾਲੇ ਕਿੱਥੇ ਆ ਉਹ? ਉਹ ਇਸ ਵਕਤ ਸ਼ਹਿਰ ਉਹਨੂੰ ਲੈ ਗਏ, ਅੰਮ੍ਰਿਤਸਰ ਲੈ ਗਏ। ਹਾਂਜੀ ਹਾਂਜੀ। ਕੀ ਮੰਗ ਕਰਦੇ ਹੁੰਦੇ ਸੀ? ਮੰਗ ਇਹੋ ਵੀ ਸਾਨੂੰ ਇਨਸਾਫ ਚਾਹੀਦਾ ਵਾ ਗੱਡੀ ਵਾਲਿਆਂ ਤੋਂ, ਗਲਤੀ ਉਹਨਾਂ ਦੀ। ਪਿੱਛੋਂ ਲੈ ਕੇ ਮਾਰਿਆ ਉਹਨਾਂ? ਹਾਂਜੀ ਹਾਂਜੀ, ਪਿੱਛੋਂ ਆਇਆ। ਗੱਡੀ ਤੁਹਾਡੇ ਜਿਹੜੀ ਮਸ਼ੀਨ, ਉਹਦਾ ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਕਵਾੜੀ ਹੋ ਗਈ ਮਸ਼ੀਨ ਕੇ, ਲਿਆ ਹੀ ਕੱਖ ਨਹੀਂ। ਅੱਛਾ, ਰੋਜੀ ਰੋਟੀ ਪਾਣੀ ਉੱਥੋਂ ਚੱਲਦਾ ਸਾਰਾ? ਹਾਂਜੀ ਹਾਂਜੀ ਹਾਂਜੀ। ਪੰਡਿਤ MK ਸ਼ਰਮਾ, ਫੀਸ ਨਹੀਂ ਇਨਾਮ ਲਵਾਂਗਾ, ਧੋਖਾ ਨਹੀਂ ਕੰਮ ਕਰਾਂਗਾ, ਮਾਤਾ ਰਾਣੀ ਨੇ ਚਾਹਿਆ ਤਾਂ ਖੂਨ ਦੇ ਹੰਝੂ ਨਹੀਂ ਆਉਣ ਦੇਵਾਂਗਾ। ਪੰਡਿਤ ਮੌਲਵੀ ਤੋਂ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਜ਼ਰੂਰ ਅਜ਼ਮਾਓ। ਪੰਡਿਤ MK ਸ਼ਰਮਾ, ਪ੍ਰੇਮੀ ਪ੍ਰੇਮਿਕਾ ਨੂੰ ਮਿਲਾਉਣਾ, ਸੋਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ ਚ ਰੁਕਾਵਟ, ਮਾਤਾ ਪਿਤਾ ਨੂੰ ਮਨਾਉਣਾ, ਇੱਕ ਵਾਰ ਮਿਲਾਓ ਫੋਨ ਤੇ ਜ਼ਰੂਰ ਅਜ਼ਮਾਓ ਆਪਣੀ ਕਿਸਮਤ। ਕਰੋ ਸੰਪਰਕ 97793995956।